हां जी सारे सत श्री अकाल नव सिंह ਚਾਹ ਹੇਅਰ ਅੱਜ ਕੱਲ ਟਿਕਟੌਕ ਤੇ ਕਾਫੀ ਇੱਕ ਵੀਡੀਓ ਚੱਲ ਰਹੀ ਹੈ ਕਿ ਡੇਵ ਰੈਮਜ਼ੀ ਨੇ ਕਿਹਾ ਜੀ ਜੇ ਤੁਸੀਂ ਕਰਦੀ ਮਾਰਗੇਜ ਲੈ ਰਹੇ ਹੋ 15 ਇਅਰਸ ਤੋਂ ਵੱਧ ਦੀ ਮਾਰਗੇਜ ਨਾ ਲਵੋ 30 ਸਾਲ ਦੀ ਮਾਰਗੇਜ ਨਾ ਲਵੋ 25 ਸਾਲ ਦੀ ਮਾਰਗੇਜ ਨਾ ਲਵੋ ਮੈਕਸਿਮਮ 15 ਸਾਲ ਦੀ ਐਮੋਰਟਾਈਜ਼ੇਸ਼ਨ ਦੀ ਮਾਰਗੇਜ ਲਵੋ ਤੇ ਕੁਝ ਮੇਰੇ ਫਰੈਂਡਸ ਟਿਕਟੌਕ ਤੇ ਵੀਡੀਓਜ਼ ਬਣਾ ਰਹੇ ਨੇ ਕਿ ਭਈ ਤੁਸੀਂ ਟਰਮ ਜਿਹੜੀ ਆ ਉਹ ਲੰਬਰ ਟਰਮ ਦੇ ਵਿੱਚ ਜਾਓ 30 ਸਾਲ ਦੀ ਟਰਮ 'ਚ ਜਾਓ 25 ਸਾਲ ਦੀ ਟਰਮ ਦੇ ਵਿੱਚ ਜਾਓ ਤੁਹਾਡੀ ਪੇਮੈਂਟ ਛੋਟੀ ਹੋਏਗੀ ਜਿਹੜੀ ਤੁਹਾਡੀ ਛੋਟੀ ਪੇਮੈਂਟ ਹੈ ਜਿਹੜੇ 4 ਸਾਡੇ ਪੈਸੇ ਬਚਦੇ ਨੇ ਉਹ ਤੁਸੀਂ ਪੈਸੇ ਇਨਵੈਸਟ ਕਰੋ 25 ਸਾਲਾਂ ਬਾਅਦ 30 ਸਾਲਾਂ ਬਾਅਦ ਉਹਦੀ ਇਨਵੈਸਟਮੈਂਟ ਤੁਹਾਨੂੰ ਜ਼ਿਆਦਾ ਮਿਲੇਗੀ ਐਸ ਕੰਪੇਅਰ ਟੂ ਸੇਵਿੰਗ ਔਨ ਦਾ ਇੰਟਰਸਟ ਸੋ ਬੇਸਿਕਲੀ ਇਨ ਈਜ਼ੀ ਟਰਮਸ ਉਹ ਇਹ ਕਹਿਣਾ ਚਾਹ ਰਹੇ ਨੇ ਕਿ ਵੀ ਜੇ ਤੁਹਾਨੂੰ 1 ਲੱਖ ਡਾਲਰ ਦਾ ਇੰਟਰਸਟ ਸੇਵਿੰਗ ਹੁੰਦੀ ਹੈ 10 ਸਾਲ ਦੀ ਟਰਮ ਕੱਟ ਲੈਣ ਤੇ ਤੁਸੀਂ ਜੇ ਉਹੀ ਪੈਸੇ ਇਨਵੈਸਟ ਕਰੋਗੇ ਫੰਡਸ ਦੇ ਵਿੱਚ ਤੁਸੀਂ ਮੇਬੀ 4-5 ਲੱਖ ਡਾਲਰ ਬਣਾ ਸਕਦੇ ਹੋ ਸੋ ਜਿਹੜੇ ਮੇਰੇ ਫਰੈਂਡ ਨੂੰ ਨੌਲੇਜ ਹੈਗੀ ਸਟਾਕ ਮਾਰਕੀਟ ਦੀ ਮਿਊਚੁਅਲ ਫੰਡਸ ਦੀ ਕਿੱਥੇ ਪੈਸੇ ਅਸੀਂ ਲਗਾਣੇ ਆ ਕਿੱਥੇ ਸਾਡੇ ਪੈਸੇ ਡਬਲ ਹੋ ਸਕਦੇ ਨੇ ਉਹਨਾਂ ਲਈ ਡੈਫੀਨਿਟਲੀ ਅਗਰ ਉਹ ਮੰਥਲੀ 4-5 ਡਾਲਰ ਬਚਾਉਂਦੇ ਪਏ ਨੇ ਤੇ ਜੇ ਅਗਰ ਉਹ ਇਨਵੈਸਟ ਕਰਕੇ ਆਉਣ ਵਾਲੇ ਅ ਵੀ 25 ਸਾਲਾਂ ਵਿੱਚ ਉਹ ਪੈਸੇ ਡਬਲ ਟ੍ਰਿਪਲ ਕਰ ਸਕਦੇ ਡੈਫੀਨਿਟਲੀ ਉਹਨਾਂ ਦੇ ਲਈ ਡੇਵ ਰੈਮਜ਼ੀ ਦਾ ਫਾਰਮੂਲਾ ਠੀਕ ਨਹੀਂ ਹੈ ਉਹ ਆਪਣੇ ਜਿਹੜੇ ਪੈਸੇ ਥੋੜੇ ਹੈਗੇ ਬਚਾ ਕੇ ਚੰਗੇ ਪੈਸੇ ਇਨਵੈਸਟ ਕਰਕੇ ਉਹਨੂੰ ਡਬਲ ਟ੍ਰਿਪਲ ਕਰਨ ਬਟ ਆਈ ਗੈਸ ਡੇਵ ਰੈਮਜ਼ੀ ਨਾ ਆਈ ਗੈਸ ਇਹ ਗੱਲ ਕਲੀਅਰ ਨਹੀਂ ਕੀਤੀ ਹੈ ਜਿਹੜਾ ਫਾਰਮੂਲਾ ਉਹਨਾਂ ਦਾ ਹੈਗਾ ਇਹ ਪ੍ਰੋਬਬਲੀ ਮੇਰੇ ਵਰਗੇ ਤੁਹਾਡੇ ਵਰਗੇ ਬੰਦਿਆਂ ਦੇ ਲਈ ਹੈਗਾ ਜਿਸ ਨੂੰ ਅਜੇ 4-500 ਪੇਮੈਂਟ ਬਚ ਗਈ ਜਾਓ ਜਾ ਕੇ ਡਿਗੜਾ ਲੰਨੇ ਆ ਤੇ ਗੱਡੀ ਨੇ ਅਪਰੀਸ਼ੀਏਟ ਨਹੀਂ ਕਰਨਾ ਜੀ ਗੱਡੀ ਨੇ ਡਿਪਰੀਸ਼ੀਏਟ ਹੀ ਕਰਨਾ ਜੇ ਇਹ ਉਹਨਾਂ ਲਈ ਫਾਰਮੂਲਾ ਹੈ ਜ ਉਹਨਾਂ ਲਈ ਡੈਫੀਨਿਟਲੀ ਅਵਰਥ ਹੈ ਪਰ ਜਿਹੜੇ ਬੰਦੇ ਆਪਣਾ ਬਜਟਿੰਗ ਇਸ ਤਰੀਕੇ ਨਾਲ ਕਰ ਰਹੇ ਨੇ ਕਿ ਉਹਨਾਂ ਨੂੰ ਮੈਕਸਿਮਮ ਉਹ ਅਜ ਮਾਰਗੇਜ ਦੇ ਵਿੱਚ ਪਾ ਰਹੇ ਨੇ ਉਹ ਬੰਦਿਆਂ ਨੂੰ ਡੈਫੀਨਿਟਲੀ 15 ਸਾਲ ਦੀ ਮਾਰਗੇਜ देयर देयर ਹੋਮ ਇਸ ਪੇਡ ਆਫ ਕੋਈ ਕਿਸ਼ਤ ਦੀ ਟੈਨਸ਼ਨ ਨਹੀਂ ਹੈ ਕਿ ਉਹਨਾਂ ਲਈ ਡੈਫੀਨਿਟਲੀ ਡੇ ਬ੍ਰਾਮ ਦੀ ਰਫਾਰਮਲ ਵਧੀਆ ਥੈਂਕ ਯੂ